हेलो फ्रेंड्स, आप जी का मेरे यूट्यूब चैनल में बहुत बहुत स्वागत है। सो अज दी वीडियो दे विच असीं डिस्कस करांगे कि जो ETT दे एडमिट कार्ड रिलीज़ होए ने, जिन्हां दा एग्जाम होना है 29 नवंबर नू, सो वो एडमिट कार्ड्स किवें डाउनलोड करोगे। सो फ्रेंड्स, उहदे लई तुसीं अपने ETT वाले पोर्टल ते जाना है, उत्ते अपनी लॉगिन ID ते पासवर्ड फिल करना है। जदों तुसीं दोनों फिल कर दोगे तां टॉप ते देखो तुहाडा एक नवां लिंक बन के आऊगा एडमिट कार्ड। तां जदों तुसीं इहदे उपर क्लिक करोगे तां आह देखो इत्थे तुहाडा ਇਹ ਨਵਾਂ ਬਲੌਕ ਓਪਨ ਹੋਊਗਾ, ਜਿਹਦੇ ਵੀ ਦੇਖੋ ਲਿਖਿਆ ਹੋਇਆ ਐਡਮਿਟ ਕਾਰਡ ਡਾਊਨਲੋਡ। ਤੁਸੀਂ ਇੱਥੋਂ ਐਡਮਿਟ ਕਾਰਡ ਡਾਊਨਲੋਡ ਕਰ ਲੈਣਾ ਆਪਣਾ। ਦੂਸਰਾ, ਉਹਨਾਂ ਨੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਰਿਗਾਰਡਿੰਗ ਦਾ ਐਗਜ਼ਾਮ। ਤੀਸਰਾ, ਦਿੱਤਾ ਹੋਇਆ ਇੱਥੇ ਕੋਡ ਆਫ ਕੰਡਕਟ। ਸੋ ਤੁਸੀਂ ਤਿੰਨੇ ਚੀਜ਼ਾਂ ਰੀਡ ਕਰ ਲੈਣੀਆਂ ਐਡਮਿਟ ਕਾਰਡ ਦੇ ਵੀ। ਤੁਸੀਂ ਆਪਣਾ ਦੇਖ ਸਕਦੇ ਹੋ ਐਗਜ਼ਾਮ ਸੈਂਟਰ ਵਗੈਰਾ ਕਿੱਥੇ ਆ, ਇੰਸਟਰਕਸ਼ਨ ਦੇ ਵੀ ਤੁਹਾਨੂੰ ਐਗਜ਼ਾਮ ਦੇ ਰਿਲੇਟਡ ਇੰਸਟਰਕਸ਼ਨਸ ਵਗੈਰਾ ਦਿੱਤੀਆਂ ਹੋਣਗੀਆਂ, ਅਤੇ ਕੋਡ ਆਫ ਕੰਡਕਟ ਦੇ ਵਿੱਚ ਕੀ ਆ ਆਪਾਂ ਦੇਖ ਲੈਂਦੇ ਹਾਂ। ਸੋ ਆਪਾਂ ਕੋਡ ਆਫ ਕੰਡਕਟ ਦੇ ਵੀ ਦੇਖ ਲੈਂਦੇ ਕੀ ਡਿਸਪਲੇ ਕੀਤਾ ਹੋਇਆ ਇਹਨਾਂ ਨੇ। ਸੋ ਇਹਦੇ ਵਿੱਚ ਦੱਸਿਆ ਹੋਇਆ ਇੰਸਟਰਕਸ਼ਨਸ ਫੋਰ ਐਨੀਮੀਸ ਟੂ ਦਾ ਬਲਾਈਂਡ ਐਂਡ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਵਾਸਤੇ ਆ ਜੀ, ਇਹ ਜਿਹੜਾ ਕੋਡ ਆਫ ਕੰਡਕਟ ਹੈ। ਮਿੰਟੋ ਸੇ ਕਿ ਉਹਨਾਂ ਨੇ ਜਿਹੜਾ ਆਪਣਾ ਸਕ੍ਰਾਈਬਡ ਹੈ ਖੁਦ ਠੀਕ ਹੈ ਲੈ ਕੇ ਜਾਣਾ ਹੈ, ਅਤੇ ਕੰਪਲੀਟ ਇਨਫੋਰਮੇਸ਼ਨ ਅਬਾਊਟ ਦਾ ਸਕ੍ਰਾਈਬ ਟੂ ਦਾ ਕੰਟਰੋਲਰ, ਠੀਕ ਹੈ, ਜੋ ਵੀ ਐਗਜ਼ਾਮੀਨੇਸ਼ਨ ਹਾਲ ਤੋਂ ਇੱਕ ਦਿਨ ਪਹਿਲੇ ਹੀ ਉਹਨਾਂ ਨੂੰ ਦੇਣੀ ਪਾਊਗੀ। ਠੀਕ ਹੈ, ਕੁਆਲੀਫਿਕੇਸ਼ਨ ਆਫ ਜਿਹੜੀ ਹੈਗੀ ਸਕ੍ਰਾਈਬ ਉਹ ਤੁਹਾਡੀ ਘੱਟ ਹੋਣੀ ਚਾਹੀਦੀ ਹੈ। ਸੋ ਇਹ ਥੋੜ੍ਹੀਆਂ ਹੈਗੀਆਂ ਇੰਸਟਰਕਸ਼ਨ ਜੋ ਹੁੰਦੀਆਂ ਸਕ੍ਰਾਈਬ ਵਾਸਤੇ। ਤਾਂ ਬਾਕੀ ਇਸ ਤਰ੍ਹਾਂ ਤੁਸੀਂ ਆਪਣੀ ਐਡਮਿਟ ਕਾਰਡਸ ਡਾਊਨਲੋਡ ਕਰ ਸਕੋਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪੂਰੀ ਪ੍ਰੋਸੈਸ ਦੱਸਿਆ। ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ, ਜਾਂ ਤੁਹਾਡੇ ਕੋਲ ਤੁਹਾਡਾ ਠੀਕ ਹੈ ਜੀ ਡੈਸ਼ ਨੰਬਰ ਅਤੇ ਪਾਸਵਰਡ ਨਹੀਂ, ਅਦਰ ਪ੍ਰੋਬਲਮ ਕੋਈ ਵੀ ਫੇਸ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਟੈਕਨੀਕਲ ਪ੍ਰੋਬਲਮ, ਤਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਇਹਦਾ ਸਲਿਊਸ਼ਨ ਲਿਓ। ਅਤੇ ਬਾਕੀ ਹੋਰ ਮੋਰ ਅਪਡੇਟਸ ਦੇ ਵਾਸਤੇ ਜ਼ਰੂਰ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਇਨ ਫਿਊਚਰ ਜੋ ਵੀ ਇੱਦਾਂ ਦੀਆਂ ਲੇਟੈਸਟ ਅਪਡੇਟਸ ਆਉਂਦੀਆਂ ਉਹਨਾਂ ਨੂੰ ਜ਼ਰੂਰ ਦੇਖੋ। ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਅਰ ਵੈਲੇਬਲ ਟਾਈਮ।